ਦੁਕਾਨਦਾਰ, ਵਪਾਰੀ ਅਤੇ ਆਮ ਜਨਤਾ ਦੇਖ ਲੈਣ ਇਹ ਖਬਰ, ਹੁਣ ਨਹੀਂ ਤੁਸੀਂ ਸੁਰੱਖਿਅਤ। ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਬੰਸਲ ਮੈਡੀਕਲ ਸਟੋਰ ਤੇ 3 ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਕਰੀਬ 50,000 ਰੁਪਏ ਦੀ ਲੁੱਟ ਕੀਤੀ ਤੇ ਫਰਾਰ ਹੋ ਗਏ। ਇਹ ਲੁੱਟ ਦੀ ਸਾਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਅੱਜ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਕਰੀਬ 9:30 ਵਜੇ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਪਿਸਤੌਲ ਦਿਖਾ ਕੇ ਉਹਨਾਂ ਦੀ ਦੁਕਾਨ ਦੇ ਗੱਲੇ ਵਿੱਚ ਪਏ ਕਰੀਬ 50,000 ਰੁਪਏ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਕਤ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੀ ਸਾਰੀ ਵੀਡੀਓ ਦੁਕਾਨ ਤੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਉੱਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ SP ਫਗਵਾੜਾ, DSP ਫਗਵਾੜਾ ਸਮੇਤ ਪੁਲਿਸ ਪਾਰਟੀ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਫਗਵਾੜਾ ਤੋਂ ਅਰੁਣ ਕੁਮਾਰ ਦੀ ਰਿਪੋਰਟ। ਰਮੇਸ਼ ਕੁਮਾਰ, ਕੀ ਮਾਮਲਾ ਕੀ ਸਾਰਾ? ਸਰ, 9:25 ਕੋਈ ਬੰਦੇ ਤਿੰਨ ਆਏ ਅੰਦਰ, 9:25 ਬੰਦੇ ਤਿੰਨ ਅੰਦਰ ਆਏ, ਦੁਕਾਨ 'ਤੇ ਇਕੱਲਾ ਸੀ ਜੀ, ਤਾਂ ਉਹ ਗਨ ਪੁਆਇੰਟ 'ਤੇ ਰੱਖ ਕੇ ਮੈਨੂੰ ਲੁੱਟ ਕੇ ਲੈ ਗਏ। ਕਾਤੇ ਆਏ ਸੀਗੇ? ਉਹ ਮੋਟਰਸਾਈਕਲ 'ਤੇ ਸੀ। ਮੂੰਹ ਬੰਨੇ ਸੀ ਉਹਨਾਂ ਨੇ? ਹਾਂਜੀ, ਮੂੰਹ ਬੰਨੇ ਹੋਏ ਸੀ। ਅਤੇ ਮਤਲਬ ਕਿ ਨੰਬਰ ਵਗੈਰਾ ਮੋਟਰਸਾਈਕਲ? ਨਹੀਂ ਜੀ, ਨਹੀਂ, ਮੈਨੂੰ ਨਹੀਂ ਪਤਾ। ਕੋਈ CCTV ਕੈਮਰੇ 'ਚ ਆਏ ਹੋਣ? ਕੈਮਰੇ ਵਿੱਚ ਆਏ ਹੋਏ। ਅਤੇ ਕੋਈ ਨਗਦੀ ਵਗੈਰਾ ਵੀ ਲੈ ਗਏ? ਪੈਸੇ ਲੈ ਕੇ ਗਏ। ਕਿੰਨੇ ਲੈ ਗਏ ਜੀ? 40,000 ਰੁਪਏ ਲੈ ਗਏ। ਕੈਸ਼? ਕੈਸ਼ ਹੀ ਸਰ। ਅਤੇ ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ? ਹਾਂਜੀ, ਬਾਹਰ ਖੜ੍ਹੇ ਪੁਲਿਸ ਵਾਲੇ। ਪੁਲਿਸ ਆਈ ਸੀ ਮੌਕੇ 'ਤੇ? ਸਰ, ਮੌਕੇ 'ਤੇ ਨਹੀਂ ਆਏ ਜੀ, ਬਾਅਦ 'ਚੋਂ ਆਏ। ਅਤੇ ਕਿਸ ਰੋਡ ਦੇ ਉੱਪਰ ਇਹ ਦੁਕਾਨ ਆਪਣੀ? ਕਾਹਦੀ ਆ ਦੁਕਾਨ? ਬੰਸਲ ਮੈਡੀਕੋਜ ਨੀਅਰ ਬੀਰਕ ਹੋਸਪਿਟਲ ਫੋਰ। ਮਾਮਲਾ ਕੁਛ ਨਹੀਂ ਜੀ, ਇੱਥੇ ਤਕਰੀਬਨ 9:25 ਟਾਈਮ ਸੀਗਾ, ਸਾਡੇ ਬੰਸਲ ਮੈਡੀਕੋਜ ਪ੍ਰੋਪਰਾਈਟਰ ਜਿਹੜੇ ਪਾਰਟਨਰ ਰਮੇਸ਼ ਕੁਮਾਰ ਬੰਸਲ ਜੀ, ਇਕੱਲੇ ਸੀ ਦੁਕਾਨ 'ਤੇ, ਤਿੰਨ ਬੰਦੇ ਆਏ ਆ, ਉਹਨਾਂ ਨੇ ਮੂੰਹ ਬੰਨੇ ਸੀਗੇ, ਰਿਵਾਲਵਰ ਦੀ ਨੌਕਰੀ ਸਾਰਾ ਲੁੱਟ ਕੇ ਲੈ ਗਏ ਆ। ਆਪਣੇ ਮੁੰਡੇ ਨੇ ਬਹੁਤ ਜੱਦੋਜਹਿਦ ਕੀਤੀ ਆ, ਲੜਨ ਦੀ ਕੋਸ਼ਿਸ਼ ਕੀਤੀ ਆ, ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਉਹਨੇ ਸਟੂਲ ਵੀ ਚੱਕਿਆ ਵਾ, ਉਹਨਾਂ ਕੋਲ ਗੰਨ ਸੀਗੀ, ਸਾਰਾ ਅੰਦਰ ਕਾਊਂਟਰ 'ਤੇ ਛਾਲ ਮਾਰ ਕੇ ਸਾਰਾ ਜਿੰਨਾ ਕੈਸ਼ ਸੀ 40,000-60,000 ਰੁਪਇਆ ਕੱਢ ਕੇ ਲੈ ਗਿਆ। ਇੱਧਰੋਂ ਜਾਣ ਲੱਗੇ ਤਾਂ ਸਪਾ ਸਾਹਿਬ ਵੱਲੋਂ ਆਏ ਆਏ ਇੱਧਰੋਂ ਹੈਗੇ ਆ ਸਿਲਮਾ ਰੋਡ ਤੋਂ। ਸਰ, ਕਿੰਨੇ ਵਿਅਕਤੀ ਆਏ ਸੀਗੇ? ਤਿੰਨ ਬੰਦੇ। ਕਾਹਤੇ ਆਏ ਸੀਗੇ ਸਰ? ਮੋਟਰਸਾਈਕਲ ਫੋਟੋ। ਅਤੇ ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਨੂੰ ਲੈ ਕੇ? ਪੁਲਿਸ ਆਈ ਵੀ ਮੌਕੇ ਆਈ ਹੋਈ ਕੰਪਲੇਂਟ ਪਾਈ ਸੀ। ਹਾਂਜੀ, ਜਿਹੜਾ ਅੱਜ ਮੈਡੀਕਲ ਸ਼ੋਪ 'ਤੇ ਆਏ ਸੀ, ਇੱਥੇ ਪਤਾ ਲੱਗਿਆ ਸੀ ਕਿ ਇੱਥੇ ਪਲਸਰ ਦੇ ਮੋਟਰਸਾਈਕਲ ਆਏ ਸੀ, ਬੰਦੇ ਤਿੰਨ ਜਣੇ ਜਿਹਨਾਂ ਇੱਥੋਂ ਕਰਕੇ ਲੈ ਕੇ ਗਏ ਨੇ ਇਹਨਾਂ ਤੋਂ। ਸਰ, ਕਿੰਨੀ ਖੋਲ ਹੈ ਗਏ? ਅਜੇ ਫਿਲਹਾਲ ਤਾਂ ਇਹ 50,000 ਦੱਸ ਰਹੇ, ਬਾਕੀ ਬਾਅਦ 'ਚੋਂ ਜੋ ਤਫਤੀਸ਼ ਦੇ ਅੰਦਰ ਆਊਗੀ ਉਸ ਤੋਂ ਦੱਸਿਆ ਜਾਊਗਾ। ਸਰ, ਕੋਈ ਗਨ ਪੁਆਇੰਟ 'ਤੇ ਲੈ ਗਏ ਜਾਂ ਕਿੱਦਾਂ? ਹਾਂ ਜੀ, ਵੀਡੀਓ ਦੇਖ ਰਹੇ ਹੈ, ਇਹ ਕਹਿ ਤਾਂ ਇਹੀ ਰਹੇ ਨੇ, CCTV ਕੈਮਰੇ ਜਾਏ ਤਫਤੀਸ਼ ਤੋਂ ਬਾਅਦ ਪਤਾ ਲੱਗੂ, CCTV ਕੈਮਰੇ ਮਿਲੇ ਨੇ ਅਤੇ ਹੁਣ ਉਹਨਾਂ ਨੇ ਜਲਦੀ ਜਲਦੀ ਭਾਲ ਕੀਤੀ। ਸਰ, ਕਿਸ ਉੱਪਰ ਰੋਡ ਦੇ ਉੱਪਰ ਦੁਕਾਨ ਹੈ? ਇਹ ਹਰਗੋਬਿੰਦ ਨਗਰ ਰੋਡ 'ਤੇ ਹੈ। ਕਾਹਦੀ ਦੁਕਾਨ ਹੈ ਸਰ? ਇਹ ਮੈਡੀਕਲ ਸ਼ੋਪ ਹੈ, ਵਿੱਚ ਮਿਕਸ ਹੈ, ਸਮਾਨ ਹੈ, ਉਸ ਦੁਕਾਨ ਤੋਂ ਲੈ ਕੇ।